ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰਾਂ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਬਟਾਲਾ ਬਾਂਗਰ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ, ਮੇਜਰ ਵੀਰ ਕੋਲ ਅੱਜ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਗਿਣਤੀ 'ਚ ਪਸ਼ੂ ਜਿਹੜੇ ਤੁਹਾਨੂੰ ਦਿਖਾਵਾਂਗੇ, ਚਾਰ ਮੱਝਾਂ ਅਤੇ 3 ਗਾਵਾਂ, ਟੋਟਲ 7 ਤੁਹਾਨੂੰ ਪਸ਼ੂ ਦਿਖਾਉਣੇ ਆ। ਹੌਲੇ ਭਾਅ 'ਚ ਵੀ ਗਾਵਾਂ ਇੰਡ 'ਤੇ ਤੁਹਾਨੂੰ ਦਿਖਾਉਣੀਆਂ ਵਾ, ਅਤੇ ਕਾਫੀ ਖੂਬਸੂਰਤ ਝੋਟੀਆਂ ਤੁਹਾਨੂੰ ਦਿਖਾਉਣੀਆਂ। ਇਹ ਕਾਫੀ ਝੋਟੀ ਤੁਹਾਨੂੰ ਕਾਫੀ ਸੋਹਣੀ ਤੁਹਾਨੂੰ ਦਿਖਾਵਾਂਗੇ, ਛੋਟਾ ਸਿੰਘ ਅਤੇ ਚੰਗੇ ਕੱਦ ਕਾਠ ਦੀ ਪਹਿਲਾ ਸੂਆ ਝੋਟੀ ਆ। ਸਾਰੀ ਵਰਾਇਟੀ ਤੁਹਾਨੂੰ ਦਿਖਾਉਣੀ ਆ, ਇੱਕ ਤੋਕੜ ਗੱਭਣ ਮੱਝ ਤੁਹਾਨੂੰ ਦਿਖਾਉਣੀ ਆ, ਅਤੇ ਬੱਚਾ ਵੀ ਆ ਇਹਦੇ ਮਗਰ। ਹਾਂ, ਦੇਖ ਸਕਦੇ ਤੋਕੜ ਗੱਭਣ ਚੈੱਕ ਪਾਸ ਤੁਹਾਨੂੰ ਦਿਖਾਵਾਂਗੇ, ਅਤੇ ਇੱਕ ਆ ਨੀਲੀ ਬੂਰੀ ਤੁਹਾਨੂੰ ਦਿਖਾਉਣੀ ਗੱਭਣ ਮੱਝ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਜੀ? ਸਭ ਵਧੀਆ, ਤੁਸੀਂ ਸੁਣਾਓ? ਠੀਕ ਠਾਕ। ਚਲੋ ਵਧੀਆ ਚਾਹੀਦਾ ਜੀ। ਤੇ ਨਾਮ ਦੱਸ ਦੇ ਕਰੀ। ਨਾਮ ਆਪਣਾ ਮੇਜਰ ਸਿੰਘ ਜੀ। ਹਾਂਜੀ, ਪਿੰਡ ਬਟਾਲਾ ਬਾਂਗਰ ਜੀ। ਹਾਂਜੀ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਕਲਾਨੌਰ। ਅੱਛਾ, ਤਹਿਸੀਲ ਕਲਾਨੌਰ ਆ। ਕਲਾਨੌਰ ਵੀ ਲੱਗੇ ਹੀ ਆਣਾ ਇੱਥੇ, ਨਾਲ ਹੀ 7 ਕਿਲੋਮੀਟਰ ਕਲਾਨੌਰ ਹੈ। ਠੀਕ ਆ, ਤੇ ਬਟਾਲਾ ਵੀ ਲੱਗੇ ਹੀ ਆ? ਬਟਾਲਾ 13 ਕਿਲੋਮੀਟਰ ਜੀ। ਤੇ ਡੇਰਾ ਬਾਬਾ ਨਾਨਕ ਵੀ ਇੱਧਰ ਹੀ ਆਣਾ? ਹਾਂਜੀ ਸਰ, ਲੱਗੇ। ਤੇ ਫੋਨ ਨੰਬਰ ਬੋਲ ਦੇ ਕਰੀ। ਫੋਨ ਆਪਣਾ 81-46-5447-54। ਠੀਕ ਆ। ਹਾਂਜੀ, ਤੇ ਸ਼ੁਰੂਆਤ ਫਿਰ ਨੀਲੀ ਬੂਰੀ ਤੇ ਕਰ ਲਈਏ। ਨੀਲੀ ਬੂਰੀ ਤੇ ਕਰਦੇ ਹਾਂ ਜੀ। ਚੰਗੇ ਵੱਡੇ ਕੱਦ ਕਾਠ ਵਾਲੀ ਆ ਜਿਹੜੀ, ਦੋ ਮੱਝਾਂ ਤੁਹਾਨੂੰ ਅੱਜ ਪੂਰੀਆਂ ਵੱਡੀਆਂ ਤੁਹਾਨੂੰ ਦਿਖਾਉਣੀਆਂ, ਮੱਝਾਂ ਦੇ ਹਿਸਾਬ ਨਾਲ ਲਾਈਏ ਤਾਂ ਚੰਗੇ ਵੱਡੇ ਕੱਦ ਕਾਠ 'ਚ ਇੱਕ ਆ, ਇੱਕ ਝੋਟੀ ਤੁਹਾਨੂੰ ਪਹਿਲਾਂ ਵੀ ਤੁਹਾਨੂੰ ਦਿਖਾਉਣੀ। ਹਾਂ, ਦੇਖ ਸਕਦੇ ਚੰਗੇ ਪਿੱਠ ਪੁੜੇ ਦੀ ਮਾਲਕ ਆ। ਕਿੰਨਾ ਵੀਰ ਜੀ ਟਾਈਮ ਲੈ ਜੂਗੀ ਇਹ? ਟਾਈਮ 15-20 ਦਿਨ ਲੈ ਜੂਗੀ ਵੀਰ ਜੀ। ਅੱਛਾ, 15 ਕੁ ਦਿਨ ਦੇ ਲੱਗ ਪੈਂਦੇ ਜੀ ਲੈ ਜੂ। 15-20 ਦੇ ਵਿੱਚ। ਤੇ ਦੁੱਧ ਕਿੰਨਾ ਚਵਾਜੂਗੀ? ਬਹੁਤਾ ਨਹੀਂ ਕਹਿੰਦੇ, 15 ਕਿਲੋ ਮੀਟਰ ਚਵਾਓਗੀ। ਅੱਛਾ, 20 ਕਿਲੋ ਚਵਾਓ। ਅੱਛਾ, 15 ਕਿਲੋ ਮੀਟਰ ਚਵਾਓਗੀ। ਆਹ ਚਲੋ, ਗਾੜੀ ਜਿਹੋ ਜਿਹਾ ਮੌਸਮ 15 ਲੀਟਰ ਚਵਾ ਜੇ। ਪਰ ਇਹ ਜਿੱਡੀ ਮੱਝ ਆ, 15 ਲੀਟਰ ਦੇ ਨੂੰ ਨੋਰਮਲ ਚੋਣਾ ਹੀ ਚਾਹੀਦਾ ਵਾ। ਚੋਣਾ ਚਾਹੀਦਾ ਇਹਨੂੰ। ਹਾਂਜੀ, ਅਸੀਂ ਬਹੁਤਾ ਨਹੀਂ ਕਹਿੰਦੇ ਵੀ ਬਾਈ ਕੱਢ ਲਓ, ਸੇਵਾ ਵਾਧੂ ਵੀ ਕਰ ਸਕਦਾ ਕੋਈ। ਹਾਂਜੀ ਹਾਂਜੀ, ਕੋਈ ਕਹਿ ਨਹੀਂ ਸਕਦੇ ਮਾਈ ਜਿੰਨਾ ਮਰਜ਼ੀ ਕੱਟੇ ਹੋ ਸਕਦਾ। ਠੀਕ ਆ, ਇੱਕ ਵਾਰੀ ਲੱਗ ਕੇ ਖਲੋ ਕੇ ਦਿਖਾ ਦਿਓ, ਪਤਾ ਲੱਗ ਜਾਂਦਾ ਮਾਈ ਦਾ ਪੂਰਾ ਕੱਦ ਕੁੱਦ ਦਾ। ਧੋਰ ਦਿਓ ਇੱਕ ਵਾਰੀ ਇਹਨੂੰ। ਬਾਕੀ ਵੀਰ ਜੀ, ਉਹਨਾਂ ਦਾ ਆਪਣਾ ਕੱਦ ਵੀ ਚੰਗਾ ਵਾ ਅਤੇ ਮਾਈ ਦਾ ਕੱਦ ਵੀ ਚੰਗਾ ਵਾ। ਅਜੇ ਤਿਆਰ ਹੋਣੀ ਆ, ਬਾਕੀ ਤੁਸੀਂ ਵੇਖ ਖੜਨੀ ਆਪਣੀ ਸਮਝਣਾ ਵੇਖ ਕੇ। ਮੱਝਾਂ ਦੇ ਹਿਸਾਬ ਨਾਲ ਜਿਹੜੀ ਚੰਗੇ ਕੱਦ ਕਾਟਦੀ ਆ। ਦੇਖ ਸਕਦੇ ਬਾਕੀ ਨੀਲੀ ਦੀਆਂ ਨਿਸ਼ਾਨੀਆਂ ਵੀ ਜਿਹੜੀਆਂ ਹੈਗੀਆਂ ਵਿੱਚ, ਨੀਲੀ ਪੂਰੀ ਜੀ ਆ ਜਿਹੜੀ, ਅਗਲੇ ਪਿਛਲੇ ਪੈਰ ਵੀ ਚਿੱਟੇ ਆ, ਅਤੇ ਸਾਫ਼ ਸੁਥਰੀ ਮੱਝ ਆ ਜਿਹੜੀ ਪੂਰੀ। ਕੋਈ ਵੀਰ ਆਣ ਕੇ ਵੇਖੇ, ਪਸੰਦ ਕਰਕੇ ਖੜੇ ਜਿਹੜੀ, ਹਾਂ ਥੱਲੇ ਹਵਾ ਨਾਲ ਦੇਖ ਸਕਦੇ, ਥਣ ਵੀ ਚੰਗਾ ਲੱਗਾ। ਇਹ ਨਵਾਈਆਂ ਨਵੀਆਂ ਹੁੰਦੀਆਂ, ਉਹਦੇ ਕਰਕੇ ਮੱਝਾਂ ਥੋੜ੍ਹੀਆਂ ਥਣਾਂ 'ਚ ਆ ਜਾਂਦੀਆਂ, ਗੱਭਣਾ ਵੀ ਹੁਣ ਭਾਵੇਂ ਸੂਈਆਂ ਹੁਣ। ਹਾਂਜੀ ਹਾਂਜੀ, ਠੀਕ ਆ। ਅਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ? ਫੋਨ ਕਹਿੰਦੇ ਕੋਈ ਲਾਵੇ,
ਤੇ ਹੁਣ ਇੱਕ ਟੋਕੜ ਕੱਪਣੀ ਦਿਖਾ ਦੀਏ ਟੋਕੜ ਕੱਪਣੀ ਜੀ ਕਿੰਨਾ ਜਿਆਦਾ ਚੱਕ ਪਈ ਨਾ ਮੈਨੇ ਦੀ ਆ 5-3 ਮਹੀਨੇ ਹੋਣੇ ਜੀ ਇਹਨੂੰ ਅੱਛਾ ਆ ਕੱਟੀ ਇਹਦੇ ਮਗਰ ਮਗਰ ਇਹਦੇ ਕੱਟੀ ਹੈ ਮਿਲਦੀ ਹੈ ਠੀਕ ਅੱਛਾ ਕੱਟੀ ਤੇ ਮਿਲਦੀ ਦੋਵੇਂ ਟਾਈਮ ਹਾਂਜੀ ਹਾਂਜੀ ਦੇਖ ਲੈ 8 ਕਿਲੋ ਦੁੱਧ ਜੀ 8 ਕਿਲੋ ਹੈਗਾ ਪੱਕਾ ਦੁੱਧ ਪੱਕਾ ਦੁੱਧ ਜਿੰਨਾ ਹੋਊਗਾ ਉਹਨੇ 2 ਟਾਈਮ ਚੋ 3 ਟਾਈਮ ਚੋ ਲੈ ਕੋਈ ਅੱਛਾ ਉਹਨਾਂ ਗਾਰੰਟੀ ਦੁੱਧ ਹੀ ਆਪਣੀ ਤੋਰ ਦੋ ਫਿਰ ਬਾਕੀ ਇਹ ਕਿ ਸੂਈਆਂ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਹਰ ਵਾਰੀ ਅਸੀਂ ਕਹਿੰਦੇ ਨੇ ਵੀ ਅਸੀਂ ਆਪ ਨਹੀਂ ਚਵਾਈ ਕਰਕੇ ਵੀਡੀਓ ਬਣਾਉਂਦੇ ਚਵਾਈ ਤੁਸੀਂ ਆਪ ਕਰਨੀ ਜਿੰਨੇ ਪੈਸੇ ਖਰਚਣੇ ਆ ਕਿਉਂਕਿ ਕੁਛ ਫਰਜ਼ ਤੁਹਾਡੇ ਵੀ ਬਣਦੇ ਆ ਹੁਣ ਮੌਕੇ ਦੇ ਦੁੱਧ ਜਿਹੜਾ ਇਹਦੇ ਕੋਲ 8 ਲੀਟਰ ਦੱਸਦੇ ਜਿਹੜਾ ਤੇ ਹੁਣ ਇੱਕ ਹੋਰ ਨੀਲੀ ਦੀ ਮੱਝ ਆ ਗਈ ਚਿੱਟੇ ਸਿੰਘਾਂ ਵਾਲੀ ਆ ਜਿਹੜੀ ਤੇ ਅੱਖਾਂ ਵੀ ਇਹਦੀਆਂ ਬਿੱਲੀਆਂ ਵਾ ਤੇ ਮੂੰਹ ਵੀ ਪੂਰਾ ਚਿੱਟਾ ਵਾ ਜਿਹੜਾ ਤੇ ਮਗਰ ਕੀ ਜੀ ਇਹਦੇ ਮਗਰ ਕੱਟਾ ਜੀ ਮਗਰ ਇਹਦੇ ਕੱਟਾ ਆ ਕੱਟਾ ਜੀ ਇਹਨੂੰ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ ਜੇ ਹਫਤਾ ਲਾ ਲਓ 7-8 ਦੇ ਹਫਤੇ ਵੱਧ ਹੋ ਗਏ ਕਿਦੋਂ ਨਾ ਤੇ ਕਿੰਨਾ ਦੁੱਧ ਜੇ ਇਹਦੇ ਕੋਲ ਪੱਕਾ 8 ਕਿਲੋ ਜੀ ਪੱਕਾ ਦੁੱਧ ਹੈਗਾ 8 ਲੀਟਰ 8 ਕਿਲੋ ਤੇ ਕਿੰਨਾ ਕੁ ਚਵਾਈ ਜਾਊਗੀ 10 ਕਿਲੋ ਚਵਾਈ ਜਾਊਗੀ ਠੀਕ ਹੈ ਬਾਕੀ ਸੇਵਾ ਡਿਪੈਂਡ ਕਰਦਾ ਕੋਈ ਵੱਧ ਵੀ ਜੋ ਸਕਦਾ ਨੇ ਕਰੋ ਠੀਕ ਬਾਕੀ ਇਹ ਕਿ ਚੀਜ਼ ਥੋੜੀ ਅਲੱਗ ਜੀ ਆ ਹਾਂਜੀ ਘਰੇ ਬੱਜੇ ਜਿਹੜੀ ਵਧੀਆ ਲੱਗੂਗੀ ਚਿੱਟੇ ਸਿੰਘਾਂ ਵਾਲੀ ਮੱਝ ਆ ਜਿਹੜੀ ਹੈ ਸੂਆ ਕਿਨਵਾ ਜੇ ਇਹਦਾ ਪਹਿਲਾਂ ਹੀ ਸੂਆ ਜੇ ਹਾਂ ਦੇਖ ਸਕਦੇ ਹਾਂ ਕਰੀ ਚਿਹਰੇ ਚੁਰੇ ਤਾਂ ਫਿਰ ਤਾਂ ਤੇ ਬਿਲਕੁਲ ਫਿਕਸ ਜਿਹਾ ਹੀ ਹਵਾਨਾ ਜਿਹੜਾ ਇਹਦਾ ਹਾਂ ਦੇਖ ਸਕਦੇ ਜੀ ਤੇ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਵਾ ਚੰਗੇ ਗੈਪ ਦੇ ਥਣ ਜਿਹੜੇ ਇਹਦੇ ਲੱਗੇ ਆ ਇੱਧਰ ਵੀ ਤੁਹਾਨੂੰ ਦਿਖਾ ਦਈਏ ਹਾਂ ਦੇਖ ਸਕਦੇ ਤੇ ਇਹਦਾ ਮੁੱਲ ਕਿੰਨਾ ਰੱਖਣਾ ਵੀਰ ਜੀ ਫਿਰ ਮੁੱਲ ਵੀ 80 ਕਰੀ ਦਾ ਅੱਛਾ 75000 ਦੇ ਦਾਂਗੇ 75000 ਦੀ ਦੇ ਦੋਗੇ ਉਤੋਂ ਛੋਟਾ ਪਾ ਕਰਾਂਗੇ ਆ ਵੀਰ ਦਾ ਠੀਕ ਆ ਹਾਂਜੀ ਠੀਕ ਆ ਤੇ ਹੁਣ ਇੱਕ ਝੋਟੀ ਇਹ ਝੋਟੀ ਆਂਦੀ ਜੇ ਮਾਲ ਅੱਛਾ ਜੋੜਾ ਆ ਇੱਕ ਮੈਂ ਵੇਖੀ ਇਹਨੂੰ ਅੱਛਾ ਉਦੋਂ ਆਦੀ ਝੋਟੀ ਪਰ ਝੋਟੀ ਹੈ ਵੀ ਆਈ ਚੰਗੀ ਸਾਂਭ ਵਾਲੇ ਘਰੋਂ ਆ ਹਾਂਜੀ ਪਹਿਲਾਂ ਦੇ ਹਿਸਾਬ ਨਾਲ ਕੱਦ ਕਾਠ ਜੇ ਵੇਖੀਏ ਤੇ ਪੂਰਾ ਕਮਾਲ ਦਾ ਇਹਦਾ ਚਾਹੂੰ ਅਗਰ ਆਹ ਕਾਲੀ ਪੋਰ ਚਮਕਦੀ ਆ ਪੂਰੀ ਪੂਰੀ ਚਮਕ ਇਹਦਾ ਕਿ ਤੇਲ ਨਾਲ ਚਮਕਦੀ ਆ ਇਹ ਤੇਲ ਨਾਲ ਦਾ ਵੀ ਚਮਕਦੀ ਆ ਸ਼ਾਈਨ ਹੈਗੀ ਜਿਹੜੀ ਇਹਦੀ ਨਹੀਂ ਸ਼ਾਈਨ ਜਿਹੜੀ ਇਹ ਕਿੰਨਾ ਕੁ ਦੁੱਧ ਪਹਿਲੇ ਸਵੇ ਚ ਵਾਜੂਗੀ 15 ਕਿਲੋ ਮੈਂ ਵਾਜੂਗੀ ਅੱਛਾ ਇਹ ਝੋਟੀ ਨੇ 20 ਕਿਲੋ ਦਿੱਤਾ ਠੀਕ ਆ ਇਹ 15 ਕਿਲੋ ਪਹਿਲਾਂ ਹੀ ਵਾਜੂਗੀ ਠੀਕ ਆ ਅਰੇ ਸਾਹਮਣੇ ਵੀ ਨਸਾ ਚਾਹ ਬੋਲਿਆ ਦੁੱਧ ਮੰਗਦੇ ਨਾ ਇਹਦੀ ਮਾਂ ਨੇ ਜਿਹੜਾ ਕਹਿੰਦੇ ਕਿ 20 ਲੀਟਰ ਦੁੱਧ ਜਿਹੜਾ ਚਵਾਇਆ ਬਾਕੀ ਖੜਨੀ ਤੁਸੀਂ ਆਪਣੀ ਸਮਝਣਾ ਗੱਬਣ ਆ ਬਾਕੀ ਕੋਈ ਆਪਣਾ ਅੰਦਾਜ਼ਾ ਨਹੀਂ ਤੇ ਆਪਣੇ ਤੁਸੀਂ ਅੰਦਾਜ਼ੇ ਨਾਲ ਆਪਣੀ ਸਮਝਣਾ ਖੜਨੀ ਤੁਸੀਂ ਵੇਖਣ ਵਾਲੇ ਸਾਡੇ ਤੋਂ ਵੱਧ ਸੂਝਵਾਨ ਜੇ ਬਾਕੀ ਹਲੇ ਤਿਆਰ ਹੋਣੀ ਹੈ ਹਜੇ 20 ਦਿਨ ਕਹਿੰਦੇ ਲੈ ਜੂਗੀ ਹਾਂ ਦੇਖ ਸਕਦੇ ਜੀ ਬਾਕੀ ਜੀ ਥਾਣੇ ਤੁਹਾਨੂੰ ਦਿਖਾ ਦਈਏ ਤੇ ਥਾਣੇ ਵੀ ਚੰਗੇ ਗੈਪ ਤੇ ਤਿਆਰ ਕਰਨਾ ਇਹਨੇ ਤੇ ਛੋਟੇ ਸਿੰਘ ਦੀ ਮਾਲਕ ਆ ਹਾਂ ਦੇਖ ਸਕਦੇ ਤੇ ਇਹ ਹੈ ਕਿ ਬੋਡੀ ਸਟਰਕਚਰ ਜਿਹੜਾ ਕਾਫੀ ਚੰਗਾ ਵਾ ਸਾਂਭੀ ਚੰਗੀ ਹੈ ਜਿਹੜੀ ਤੇ ਇਹਦਾ ਮੁੱਲ ਵੀ ਜੀ ਫਿਰ
ਮਾਨ ਹੋਰ ਕਰ ਦੋਗੇ ਅੱਛਾ 10,000 ਇਕੱਠਾ ਹੀ ਅੱਛਾ 90 ਦਾ ਠੀਕ ਆ ਤੇ ਹੁਣ ਸੂਈ ਸਵਾਈ ਗਾਂ ਜਿਹੜੀ ਹੈਗੀ ਆ ਇਹਦੇ ਕੋਲ ਦੁੱਧ ਜਿਹੜਾ 10 ਲੀਟਰ ਦੱਸਦੇ ਤੇ ਬੱਚਾ ਕੀ ਜਮਾ ਕਰੇ ਤੇ ਥਾਣੇ ਦੇ ਲਾਗੇ ਤਾਂ ਦੇਖ ਸਕਦੇ ਜੀ ਪਿਛਲੇ ਸਾਲਾਂ ਦਾ ਸਾਈਜ਼ ਥੋੜਾ ਜਿਹਾ ਛੋਟਾ ਹੈ ਤੇ ਚਵਾਈ ਦੇ ਜਿਹੜੇ ਕਹਿੰਦੇ ਕਿ ਹੱਥ 'ਚ ਆ ਜਾਂਦੇ ਆ ਬਾਕੀ ਤੁਸੀਂ ਕੋਈ ਆਪਣੀ ਚਵਾਈ ਕਰਕੇ ਵੇਖ ਕੇ ਖੜਨੀ ਆ ਤੇ ਹੁਣ ਦੁੱਧ 10 ਲੀਟਰ ਹੈਗਾ ਜੀ ਪੱਕਾ ਮੌਕੇ ਤੇ ਤੇ ਮਗਰ ਕੀ ਜੇ ਮਗਰ ਇਹਦੇ ਬੱਚਾ ਤੋਰ ਦੋ ਇੱਧਰ ਨੂੰ ਤੋਰ ਦੋ ਵਿੱਚ ਬਾਕੀ ਪਹਿਲਾਂ ਦੇ ਹਿਸਾਬ ਨਾਲ ਕਰਦੇ ਆ ਜਿੱਦਾਂ ਕਿ ਪਹਿਲਾਂ ਦਾ ਹੁੰਦੇ ਆ ਤੇ ਇਹਦਾ ਮੁੱਲ ਫਿਰ 35,000 ਆ ਅੱਛਾ 32,000 ਦੀ ਦੇ ਦੋਗੇ ਠੀਕ ਆ ਤੇ ਉਹਨਾਂ ਦੋ ਜਰਸੀਆਂ ਆ ਗਈਆਂ ਫਿਰ ਅੱਛਾ ਇਹ ਤਿੱਲੜ ਆ ਕਿਹੜੇ ਥਾਂ ਦੇ ਇਹ ਕਿਹੜੇ ਥਾਂ ਦੀ ਤਿੱਲੜ ਆ ਮਗਰਲੇ ਥਾਂ ਦੀ ਤਿੱਲੜ ਥੋੜਾ ਹੁੰਦਾ ਵਾ ਜਿਹੜਾ ਠੀਕ ਆ ਤੇ ਮਗਰ ਵੱਛੀ ਆ ਇਹਦੇ ਠੀਕ ਆ ਤੇ ਦੁੱਧ ਕਿੰਨਾ ਇਹਦਾ ਕੋ ਦੁੱਧ 6 ਕਿਲੋ ਤੋਰ ਦੋ ਫਿਰ ਇਹਨੂੰ ਮਗਰ ਇਹਦੇ ਵੱਛੀ ਵੀ ਹੈਗੀ ਆ ਤੇ 6 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹ ਆ ਕੇ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਆ ਵੱਛੀ ਹਾਂਜੀ ਹਾਂਜੀ ਜਰਸੀ ਆ ਸਾਰੀਆਂ ਗਰਮੀਆਂ ਚਾਹ ਪਾਣੀ ਦਾ ਜਿਹੜਾ ਸਾਰੀ ਜਾਊਗੀ ਰੇਟ ਵੀ ਇਹਦਾ ਉਸ ਹਿਸਾਬ ਨਹੀਂ ਹੋਣਾ ਵਾ ਕਿੰਨਾ ਵੀਰ ਜੀ ਫਿਰ ਇਹਦਾ ਮੁੱਲ ਅੱਛਾ 10,000 ਦੀ ਦੇ ਦੋ ਅੱਛਾ 8,000 ਦੀ ਦੇ ਦੋਗੇ ਮਗਰ ਵੱਛੀ ਤੇ ਇਹ ਵੀ ਤੋਕੜੀ ਆ ਤੇ ਤੋਰ ਦਾ ਫਿਰ ਇਹਨੂੰ ਇਹਦੇ ਕੋਲ ਵੀ ਦੁੱਧ 6 ਲੀਟਰ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਚਾਰੇ ਥਾਂ ਚੱਲਦੇ ਜੀ ਇਹਦੇ ਚਾਰੇ ਚੱਲਦੇ ਠੀਕ ਆ ਬਾਕੀ ਜ਼ਿਆਦਾ ਦੁੱਧ ਵਾਲੀ ਹੈ ਭਾਵੇਂ ਕੋਈ ਥੋੜ੍ਹੇ ਦੁੱਧ ਵਾਲੀ ਹੈ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਹਰ ਕੇ ਵੀਡੀਓ 'ਚ ਸਾਡੀ ਇਹੀ ਬੇਨਤੀ ਹੁੰਦੀ ਹੈ ਤੇ ਇਹਦੇ ਉੱਤਰਾ ਬਿਲਕੁਲ ਓਕੇ ਸਾਰੇ ਸਨ ਹਾਂਜੀ ਹਾਂ ਓਕੇ ਸਨ ਜੀ ਫੁੱਲ ਗਰੰਟੀ ਹੈ ਜੀ ਠੀਕ ਆ ਦੇਖ ਸਕਦੇ ਹਵਾਨਾ ਇਹਦਾ ਲੱਗ ਤੇ ਕਰੀ ਤੇ ਇਹਦਾ ਮੁੱਲ ਮੁੱਲ ਇਹਦੇ 12,000 ਰੁਪਏ 10,000 ਦੇ ਦਾਂਗੇ ਇਹ 10,000 ਦੀ ਦੇ ਦੋਗੇ ਹਾਂਜੀ ਛੋੜ ਛੜ ਕਰ ਦੋਗੇ 10,000 ਛੱਡ ਦਾਂਗੇ 10,000 ਦੇ ਦਾਂਗੇ ਅੱਛਾ 9,000 ਦੀ ਦੇ ਦਾਂਗੇ 8 ਦੀ ਦੇ ਦਾਂਗੇ ਅੱਛਾ 8,000 ਦੀ ਦੇ ਦੋਗੇ ਵੀ ਜੋੜਾ ਖੜ ਕੋ 15 ਦੇ ਦਾਂਗੇ ਅੱਛਾ 15,000 ਦੀਆਂ ਦੋ ਗਾਵਾਂ ਦੋ ਦੇ ਦਾਂਗੇ ਠੀਕ ਹੈ ਤੇ ਠੀਕ ਹੈ ਵਿਦਿਆਰ ਕੁਛ ਕਹਿਣਾ ਫਿਰ ਬਾਕੀ ਇਹ ਕਿ ਤੁਹਾਡੇ ਘਰੋਂ ਕੋਈ ਵੇਚ ਚੱਕ ਤੇ ਸੱਲੀ ਕਰ ਆਪਣੀ ਸੱਲੀਆ ਪਾਸ ਕੇ ਖੜੇ ਜੀ ਠੀਕ ਹੈ ਜੀ 300 ਖੜੂ ਆ ਜਿਹੜਾ ਵੇਖ ਦੇ ਲੈ ਕੇ ਉਹਦੀ ਰਣੀ ਜਿਹੜਾ ਨਾ ਵੇਖ ਖੜੂ ਜਾਂ ਫਿਰ ਟਿਕਾਂ ਉਹਦੀ ਫਿਰ ਲੈ ਦੇਵਾਂਗੇ ਠੀਕ ਹੈ ਜੀ ਹਾਂ ਜਿਹੜਾ ਸੇ ਵੇਖ ਕੇ ਲੈ ਕੇ ਉਹਦੀ ਗਰੰਟੀ ਠੀਕ ਹੈ ਜੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖੇ ਤੇ ਫਿਰ ਹੀ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ